ਮੇਰੇ ਬਹੁਤ ਹੀ ਨੌਜਵਾਨ ਭਰਾ ਇੱਥੇ ਖੜੇ ਹੈ, ਤੁਸੀਂ ਸਾਰੇ ਲੋਕ, ਮੈਨੂੰ ਪਤਾ ਹੈ ਅੱਜ ਕੱਲ੍ਹ ਬਹੁਤ ਬੱਚੇ ਹੈਗੇ ਆ ਜੀਵਨ ਜਾਂਦੇ ਹੈ, ਬੋਡੀ ਬਿਲਡਿੰਗ ਕਰਦੇ ਹੋ ਕਿ ਨਹੀਂ? ਬੋਡੀ ਬਿਲਡਿੰਗ ਦਾ ਕੀ ਅਸੂਲ ਹੈ? ਤੁਸੀਂ ਸਰੀਰ ਨੂੰ ਜਿੰਨਾ ਕਸ਼ਟ ਦਊਗੇ ਤੁਹਾਡਾ ਸਰੀਰ ਉਹਨਾਂ ਤਕੜਾ ਹੁੰਦਾ ਚਲਾ ਜਾਏਗਾ, ਠੀਕ ਹੈ? ਏਦਾਂ ਹੀ ਸਾਡੇ ਵਿਰੋਧੀ ਸਾਨੂੰ ਜਿੰਨਾ ਕਸ਼ਟ ਦੇਣਗੇ ਅਸੀਂ ਉਹਨੇ ਤਕੜੇ ਹੁੰਦੇ ਜਾਵਾਂਗੇ, ਸਾਡੀ ਬੋਡੀ ਖੜੀ ਰਹੇਗੀ। ਦੁਨੀਆਂ ਵਿੱਚ ਜਿੰਨੀਆਂ ਵੀ ਅੱਜ ਤੱਕ ਲੜਾਈਆਂ ਹੋਈਆਂ, ਜਿਹੜੀਆਂ ਮੈਦਾਨੇ ਜੰਗ ਹੋਈਆਂ ਜਾਂ ਕੋਈ ਮੈਦਾਨ ਜਿਹੜੇ ਖੇਲਾਂ ਦੇ ਮੈਦਾਨ ਹੈਗੇ ਆ, ਉੱਥੇ ਜਿਹੜੀਆਂ ਖੇਡ ਹੁੰਦੇ ਆ, ਲੜਾਈਆਂ ਹੁੰਦੀਆਂ ਆ, ਉਹ ਬੇਸਿਕਲੀ ਸਾਰੀਆਂ ਦਿਮਾਗ ਦੇ ਨਾਲ ਜਿੱਤੀਆਂ ਜਾਂਦੀਆਂ ਆ। ਟੈਕਟਿਕਸ ਨੂੰ ਫੌਜ ਦੀ ਭਾਸ਼ਾ ਦੇ ਵਿੱਚ ਕਹਿੰਦੇ ਆ। ਤੁਹਾਡੀ ਸਟ੍ਰੈਟੇਜੀ ਕੀ ਰਹੇਗੀ ਲੜਾਈ ਲੜਨ ਦੀ? ਔਰ ਮੈਦਾਨ ਵਿੱਚ ਜਾ ਕੇ ਜੋ ਤੁਸੀਂ ਆਪਣਾ ਦਿਮਾਗੀ ਪਲਾਨ ਬਣਾਇਆ ਹੁੰਦਾ ਹੈ ਉਹਨੂੰ ਬਸ ਐਗਜ਼ੀਕਿਊਟ ਹੀ ਕਰਨਾ ਹੁੰਦਾ ਹੈ ਤੁਸੀਂ। ਲੜਾਈਆਂ ਘਰੇ ਬੈਠ ਕੇ ਦਿਮਾਗ ਨਾਲ ਜਿੱਤੀਆਂ ਜਾਂਦੀਆਂ ਆ, ਮੈਦਾਨ ਵਿੱਚ ਤੁਸੀਂ ਸਿਰਫ ਆਪਣਾ ਤਿਆਰ ਕੀਤਾ ਹੋਇਆ ਜਿਹੜਾ ਨਕਸ਼ਾ ਹੁੰਦਾ ਦਿਮਾਗ ਵਿੱਚ ਉਹਨੂੰ ਖੇਲਣ ਦੇ ਲਈ ਜਾਂਦੇ ਹੋ, ਔਰ ਤੁਸੀਂ ਘਰੋਂ ਹੀ ਜਿੱਤ ਕੇ ਉੱਠੇ ਗਏ ਹੁੰਦੇ ਹੋ। ਤੇ ਇਹ ਜਿਹੜਾ ਸਾਡਾ ਸਰਚਿਆਂ ਦਾ ਮੋਰਚਾ ਹੈ ਇੱਥੇ ਦਾ, ਇਹਦੀ ਮੱਦੇ ਨਜ਼ਰ ਸਾਨੂੰ ਦਿਮਾਗ ਦੇ ਵਿੱਚ ਦੋ ਤਿੰਨ ਗੱਲਾਂ ਬਹੁਤ ਹੀ ਜ਼ਿਆਦਾ ਕਲੀਅਰ ਕਰਨ ਦੀ ਲੋੜ ਹੈਗੀ ਹੈ। ਆਹ ਜਿਹੜੀ ਮੋਦੀ ਸਰਕਾਰ ਦੀ ਜਿਹੜੀ ਅੱਜ ਕੱਲ੍ਹ ਦੀ ਪੋਲਿਸੀ ਹੈ ਉਹ ਕੀ ਹੈ ਇਹਨੂੰ ਸਮਝਣ ਦੀ ਲੋੜ ਹੈ। ਪਹਿਲੇ ਦੁਸ਼ਮਣ ਦਾ ਵਾਰ ਸਮਝੋ ਕਿੱਦਾਂ ਦਾ ਆਊਗਾ, ਫਿਰ ਅੱਗੋਂ ਉਸ ਹਿਸਾਬ ਦੇ ਨਾਲ ਆਪਣਾ ਡਿਫੈਂਸ ਤਿਆਰ ਕਰੋ। ਇਹ ਜਿਹੜੀ ਮੋਦੀ ਸਰਕਾਰ ਦੀ ਇੱਥੇ ਪੋਲਿਸੀ ਹੈ ਉਹ ਇਹ ਹੈਗੀ ਹੈ ਕਿ ਆਪਣੇ ਸੁਰੱਖਿਆ ਬਲਾਂ ਨੂੰ ਲਾ ਕੇ ਇਹ ਸਾਨੂੰ ਡਰਾਉਂਦੇ ਹੋਏ ਡਰਾਉਣ ਦੀ ਕੋਸ਼ਿਸ਼ ਕਰਦੇ ਹੈ, ਉਹਨਾਂ ਦੀ ਗਿਣਤੀ ਵਧਾਉਣਗੇ ਹੋ ਸਕਦੇ ਆਉਣ ਵਾਲੇ ਦਿਨਾਂ ਵਿੱਚ। ਤੇ ਇਹਦਾ ਜਿਹੜਾ ਸਭ ਤੋਂ ਵੱਡਾ ਤੋੜ ਹੈ ਉਹ ਇਹ ਹੈ ਕਿ ਅਸੀਂ ਇਸ ਮੋਰਚੇ ਤੇ ਆਪਣਾ ਜਿਹੜਾ ਇਕੱਠ ਹੈ ਇਹਨੂੰ ਘੱਟ ਨਾ ਹੋਣ ਦਈਏ। ਸਰਕਾਰ ਨੂੰ ਇਹ ਗੱਲ ਸਮਝਣੀ ਪਏਗੀ ਕਿ ਸਰਕਾਰਾਂ ਜਿੰਨੀਆਂ ਮਰਜ਼ੀ ਵੱਡੀਆਂ ਹੋ ਜਾਣ, ਜਿੰਨੀ ਮਰਜ਼ੀ ਸਾਨੂੰ ਸ਼ਾਹੀ ਤੇ ਉਤਾਰਨ, ਪਰ ਆਵਾਮ ਆਵਾਮ ਦਾ ਮੁਕਾਬਲਾ ਨਹੀਂ ਇਹ ਕਰ ਸਕਦੀਆਂ। ਆਵਾਮ ਜਦ ਉੱਠਦਾ ਹੈ ਸਲਾਮ ਮਾਰ ਕੇ ਉੱਠਦਾ ਹੈ, ਔਰ ਆਪਣੇ ਨਾਲ ਛੋਟੇ ਮੋਟੇ ਰੋੜੀਆਂ ਬੱਟੇ ਨੂੰ ਏਦਾਂ ਹੀ ਰੋੜ ਕੇ ਲੈ ਜਾਂਦਾ ਹੈ। ਤੇ ਬਜ਼ੁਰਗੋ ਮੇਰੇ ਭਰਾਓ ਭੈਣੋ, ਸਭ ਤੋਂ ਪਹਿਲੀ ਗੱਲ ਆਪਣੇ ਜ਼ਹਿਨ 'ਚ ਇਹ ਬਿਠਾ ਲਓ ਕਿ ਅਸੀਂ ਇਹ ਜਿਹੜਾ ਮੋਰਚਾ ਹੈ ਇੱਥੇ ਇਕੱਠ ਆਪਣਾ ਘੱਟ ਨਹੀਂ ਹੋਣ ਦੇਣਾ, ਸਾਡਾ ਇਕੱਠ ਹੀ ਸਾਡਾ ਏਕਾ ਹੀ ਇੱਥੇ ਇੰਨਾ ਜ਼ਿਆਦਾ ਹੋਣਾ ਚਾਹੀਦਾ ਹੈ ਕਿ ਸਰਕਾਰ ਦੇ ਜਿਹੜੇ ਗੋਡੇ ਹੈਗੇ ਆ ਉਹ ਕੰਬ ਜਾਣ। ਦੂਸਰਾ ਜਿਹੜੀ ਇਹ ਸਰਕਾਰ ਦੀ ਪੋਲਿਸੀ ਹੈਗੀ ਹੈ ਸਾਡੇ ਮੋਰਚੇ ਨੂੰ ਲੈ ਕੇ ਪਿਛਲੇ ਦਿਨਾਂ 'ਚ ਵੀ ਅਸੀਂ ਦੇਖਦੇ ਹੀ ਆਏ ਹਾਂ, ਇਹ ਕੀ ਕਰਦੇ ਆ ਕਿ ਬਾਕੀ ਤੁਹਾਨੂੰ ਸਭ ਨੂੰ ਇਹ ਗੱਲ ਦਾ ਪਤਾ ਹੈ ਆਪਣੇ ਕੁਝ ਲੋਕ ਸਾਡੇ ਅੰਦਰ ਮਾਰਦੇ ਆਏ, ਉਹਨਾਂ ਤੋਂ ਫਿਰ ਕੋਈ ਸ਼ਰਾਰਤ ਕਰਾਉਂਦੇ ਆ ਤੇ ਫਿਰ ਕਿਸਾਨਾਂ ਦਾ ਨਾਂ ਲੈ ਕੇ ਭੰਡੀ ਪ੍ਰਚਾਰ ਕੀਤਾ ਜਾਂਦਾ ਹੈ। ਤੇ ਇੱਥੇ ਸਾਨੂੰ ਇਸ ਗੱਲ ਦਾ ਵੀ ਧਿਆਨ ਦੇਣ ਦੀ ਬਹੁਤ ਲੋੜ ਹੈ ਕਿ ਸਾਡੇ ਅੰਦਰ ਕੋਈ ਵੀ ਜਿਹੜੇ ਸ਼ਰਾਰਤੀ ਅੰਸਰ ਹੈਗੇ ਆ ਉਹ ਨਾ ਮਰਨ। ਇਸ ਕਰਕੇ ਤੁਸੀਂ ਇਸ ਗੱਲ ਦਾ ਪੂਰਾ ਖਿਆਲ ਰੱਖਣਾ ਹੈ ਕਿ ਇੱਥੇ ਜੋ ਵੀ ਆਉਂਦਾ ਹੈ ਉਹ ਬੰਦਾ ਕੌਣ ਹੈ, ਉਹਦੀ ਸ਼ਨਾਖਤ ਕੀਤੀ ਜਾਵੇ। ਤੇ ਕੋਈ ਬਾਹਰਲਾ ਬੰਦਾ ਜਿਹੜਾ ਸਾਡੇ ਦੁਸ਼ਮਣਾਂ ਦਾ ਬੰਦਾ ਹੈ ਸਾਡਾ ਭੇਤੂ ਬਣ ਕੇ ਅੰਦਰ ਆ ਕੇ ਸਾਡਾ ਕੰਮ ਨਾ ਖਰਾਬ ਕਰੇ। ਉਹ ਤੋਂ ਅਗਲੀ ਗੱਲ, ਇਹ ਸਰਕਾਰ ਭਲੀ ਭਾਂਤੀ ਜਾਣਦੀ ਹੈ ਕਿ ਜਿਹੜੀ ਸੰਯੁਕਤ ਕਿਸਾਨ ਮੋਰਚਾ ਹੈਗਾ ਆ ਉਹ ਇੱਕ ਪੋਲਿਸੀ ਦੇ ਅਧੀਨ ਉਹਨਾਂ ਨੇ ਇਸ ਗੱਲ ਦਾ ਫੈਸਲਾ ਕੀਤਾ ਸੀ ਕਿ ਜੇ ਕੋਈ ਇਹਨਾਂ ਦੇ ਲੀਡਰ ਸਾਡੇ ਪਿੰਡਾਂ ਦੇ ਵਿੱਚ ਆਉਣਗੇ ਤੇ ਜਿਹੜਾ ਕਿਸਾਨ ਹੈ ਉੱਥੇ ਦਾ ਅੰਨਦਾਤਾ ਹੈਗਾ ਹੈ ਉਹ ਸ਼ਾਂਤ ਨਹੀਂ ਉਹਦਾ ਵਿਰੋਧ ਕਰੂਗਾ। ਇਹ ਇਸ ਗੱਲ ਦਾ ਕਿੱਦਾਂ ਫਾਇਦਾ ਉਠਾ ਰਹੇ ਹੈ, ਇਹਨਾਂ ਨੂੰ ਪਤਾ ਹੈ ਕਿ ਅਸੀਂ ਇਹਨਾਂ ਦਾ ਸ਼ਾਂਤ ਨਹੀਂ ਵਿਰੋਧ ਕਰਨਾ ਹੈ, ਪਰ ਫਿਰ ਵੀ ਉੱਥੇ ਕੋਈ ਇਕੱਠ ਹੋਵੇ ਜਾਂ ਨਾ ਹੋਵੇ ਇਹ ਆਪਣੇ ਹੀ ਲੀਡਰਾਂ ਨੂੰ ਅੰਦਰ ਭੇਜਦੇ ਹੈ ਤੇ ਫਿਰ ਆਪਣੇ ਹੀ ਗੁੰਡੇ ਉੱਥੇ ਭੇਜ ਕੇ ਉੱਥੇ ਮਾਰ ਕੁੱਟ ਕਰਾ ਕੇ ਸਾਨੂੰ ਬਦਨਾਮ ਕਰਦੇ ਹੈ। ਇਸ ਕਰਕੇ ਸਾਨੂੰ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖਣ ਦੀ ਲੋੜ ਹੈਗੀ ਹੈ। ਬਾਕੀ ਜਿਹੜੀਆਂ ਗੰਗਾਂ ਹੁੰਦੀਆਂ ਆ ਇਹ ਇਹਨਾਂ ਦੇ ਫੈਸਲੇ ਮੈਦਾਨਾਂ 'ਚ ਨਹੀਂ ਹੁੰਦੇ, ਇਹਨਾਂ ਦਾ ਫੈਸਲੇ ਤੁਹਾਡੇ ਦਿਮਾਗ ਦੇ ਨਾਲ ਹੁੰਦੇ ਆ। ਔਰ ਜਿੱਦਾਂ ਅਸੀਂ ਪੰਜਾਬੋਂ